बीते दिनी फाजिलका विच लगातार तीन दिन पे मीह कारण नवे सलेम शाह दे नाल लगदे सेम नाले दा बन्न टुट जाण कारण पिंडां विच पानी चला गया अते इह पानी पिंडां विच जाण कारण कई लोग घरों बेघर हो गए। लोगों के घर टुट गए अते छत्तां तक पानी चढ़ गया जिस करके लोगों का समान भी घरां विच बंद रह गया अते लोग घर तो बाहर सड़कां ते आ गए। उन्हां नूं संभालण लई पिंड दे सरपंच ते प्रशासन अगे आया। कई घरां नूं स्कूलों में ठहराया गया ते कईआं नूं पंचायती जगह ते ठहराया गया पर इन्हां लोगों नूं खाने की हले भी दिक्कत आ रही है। इन्हां लोगों नूं रहण की हले मुसीबत है। इन्हां कोल खाण लई खाना भी नहीं है क्योंकि घर विच पिया सारा अन्न सारी कणक सब पानी विच तहस नहस हो गया। अज कई दिन बीतने बाद भी हालात बद तो बदतर हो गए हैं। इन्हां लोगों की मदद लई स्थानक विधायक दविंदर सिंह कुवायत के कहने ते आढ़ती एसोसीएशन अगे आई है। आढ़ती एसोसीएशन के सकत्र मनीष कटारिया आढ़ती एसोसीएशन के प्रधान दविंदर सचदेवा के सपुत्र रमन सचदेवा ते राजेश ग्रोवर लगातार इत्थे लंगर वंड रहे हैं। अज इस मुहिम तहत पिंड नवा सलेम शाह दे विच सरपंच मैडम हरजीत कौर के नाल पक्या पकाया लंगर आढ़ती एसोसीएशन वालों दिता गया। पहला भी लंगर पक्या भी दिता गया कच्चा राशन भी दिता गया। उस मौके आढ़ती एसोसीएशन के प्रधान दविंदर सचदेवा वालों इन्हां दे पशुओं लई हरा चारे की ट्रालियां तूड़ियां देने का ऐलान तूड़ी देने का भी ऐलान किया गया। अज पक्या पकाया लंगर आढ़ती एसोसीएशन वालों पिंड नवा सलेम शाह विच वंडिया गया। इस मौके बोलते हुए आढ़ती एसोसीएशन के प्रधान मनीष कटारी आढ़ती एसोसीएशन के प्रधान ने की कुछ किया। आढ़ती एसोसीएशन के सकत्र मनीष कटारिया ने उन्हां बारे की कुछ किया ये सब कुछ जानने लिए साडे नाल बने रहो अते साडी पूरी कवरेज वेखो। ਤੁਸੀਂ ਅੱਜ ਕਿੱਥੇ ਆਏ ਹੋ ਜੀ ਤੇ ਕਿਉਂ ਆਏ ਹੋ ਜੀ? ਤੇ ਅੱਜ ਜਿਹੜਾ ਸੇਮ ਨਾਲ ਟੁੱਟਿਆ ਹੋਇਆ ਪਿੰਡ ਨਵਾਂ ਸਲੇਮ ਸ਼ਾਹ ਤੇ ਉੱਥੇ ਇਹ ਜਿਹੜੇ ਸਾਡੇ ਸਰਪੰਚ ਮੈਡਮ ਨੇ ਹਰਜੀਤ ਜੀ ਇਹ ਬਹੁਤ ਸੇਵਾ ਕਰਦੇ ਪਏ ਨੇ ਪਹਿਲੇ ਤੋਂ ਹੀ ਕਰਦੇ ਆ ਰਹੇ ਨੇ ਤੇ ਇੱਕ ਦਿਨ ਅਸੀਂ ਪਹਿਲੇ ਵੀ ਇੱਥੇ ਆਏ ਸੀ ਲੰਗਰ ਵੰਡਣ ਤੇ ਸੁੱਕਾ ਰਾਸ਼ਨ ਵੰਡਣ ਵਾਸਤੇ ਤੇ ਅੱਜ ਇਹਨਾਂ ਨਾਲ ਗੱਲ ਹੋਈ ਤਾਂ ਇਹਨਾਂ ਨੇ ਸਾਨੂੰ ਕਿਹਾ ਵੀ ਅੱਜ ਤੁਸੀਂ ਅਗਰ ਅੱਜ ਲੰਗਰ ਦੀ ਸਹਾਇਤਾ ਅੱਜ ਦੇ ਸਕਦੇ ਹੋ ਤਾਂ ਸਾਡੇ ਕੋਲ ਜ਼ਰੂਰ ਆਓ ਤੇ ਇਹਨਾਂ ਦੇ ਕਹਿਣ 'ਤੇ ਅਸੀਂ ਅੱਜ ਫਿਰ ਇੱਥੇ ਨਵਾਂ ਸਲੇਮ ਸ਼ਾਹ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਪੁੱਜੇ ਹਾਂ ਅਤੇ ਲੋਕ ਇੱਥੇ ਜਿਹੜਾ ਜੀਵਨ ਬਦਾਲ ਹੋਇਆ ਪਿਆ ਕਿਉਂਕਿ ਇੱਥੇ ਜਿਹੜਾ ਸੇਮ ਨਾਲ ਟੁੱਟਿਆ ਲੋਕਾਂ ਦੇ ਘਰ ਵੀ ਜਿਹੜੇ ਦੀਵਾਰਾਂ ਪਾੜ ਗਈਆਂ ਨੇ ਔਰ ਲੋਕ ਰੋਟੀ ਤੋਂ ਮੁਤਾਜ ਹੋਏ ਪਏ ਨੇ। ਇਸ ਵਾਸਤੇ ਜਿਹੜਾ ਜਿੰਨੀ ਵੀ ਸੇਵਾ ਕੋਈ ਸ਼ਹਿਰ ਦਾ ਕੋਈ ਸਮਾਜਿਕ ਸੰਸਥਾਵਾਂ ਜੋ ਵੀ ਕੋਈ ਕਰ ਸਕਦਾ ਤਾਂ ਉਹਨਾਂ ਨੂੰ ਇਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਕਿਉਂਕਿ ਜਿਹੜਾ ਜੀਵਨ ਇਹ ਅਸਤ ਵਿਅਸਤ ਹੋਇਆ ਪਿਆ ਇੱਥੇ। ਅਸੀਂ ਜਿਹੜਾ ਪਹਿਲੇ ਜਿਹੜਾ ਆੜ੍ਹਤੀ ਐਸੋਸੀਏਸ਼ਨ ਵੱਲੋਂ ਉਸ ਦਿਨ ਅਸੀਂ ਲੰਗਰ ਬਣਵਾ ਕੇ ਵੀ ਲੈ ਕੇ ਆਏ ਸੀ ਔਰ ਸੁੱਕਾ ਰਾਸ਼ਨ ਵੀ ਸਾਡੇ ਐਸੋਸੀਏਸ਼ਨ ਵੱਲੋਂ ਇੱਥੇ ਵਰਤਾਇਆ ਗਿਆ ਔਰ ਅੱਜ ਅਸੀਂ ਫਿਰ ਇੱਥੇ ਬਣਿਆ ਹੋਇਆ ਲੰਗਰ ਲੈ ਕੇ ਆਏ ਹਾਂ ਜਿਹੜਾ ਕਿ ਸਰਪੰਚ ਮੈਡਮ ਨੇ ਜਿਹੜੇ ਉਹਨਾਂ ਦੇ ਸਹਿਯੋਗ ਦੇ ਨਾਲ ਇੱਥੇ ਅਸੀਂ ਵਰਤਾ ਰਹੇ ਹਾਂ। ਇਸ ਤੋਂ ਇਲਾਵਾ ਜੋ ਇਹਨਾਂ ਦਾ ਜਾਨਵਰ ਪਸ਼ੂ ਉਹਨਾਂ ਲਈ ਵੀ ਕੁਛ ਕੀਤਾ ਜਾ ਰਿਹਾ? ਉਹਨਾਂ ਵਾਸਤੇ ਵੀ ਸਾਡੇ ਜਿਹੜੇ ਪ੍ਰਧਾਨ ਨੇ ਦਵਿੰਦਰ ਸਚਦੇਵਾ ਜੀ ਉਹ ਇੱਥੋਂ ਉਸ ਦਿਨ ਇੱਥੋਂ ਦੇ ਵਾਸੀਆਂ ਨੇ ਕਿਹਾ ਸੀ ਵੀ ਸਾਨੂੰ ਤੂੜੀ ਦੀ ਵੀ ਜ਼ਰੂਰਤ ਹੈ ਅਤੇ ਤੂੜੀ ਦੀਆਂ ਟਰਾਲੀਆਂ ਦੋ ਅਸੀਂ ਉਸ ਦਿਨ ਕਹਿ ਕੇ ਗਏ ਸੀ ਉੱਥੇ ਸਾਡੇ ਉਹਨਾਂ ਦੇ ਸਚਦੇਵਾ ਜੀ ਦੇ ਖੇਤ 'ਚੋਂ ਲਿਜਾਣ ਵਾਸਤੇ ਤਾਂ ਮੇਰੇ ਖਿਆਲ 'ਚ ਉਹ ਵੀ ਉੱਥੋਂ ਲਿਆ ਕੇ ਇੱਥੇ ਵਰਤਾ ਦਿੱਤੀਆਂ ਗਈਆਂ ਨੇ ਔਰ ਜਿਹੜਾ ਹਰੇ ਚਾਰੇ ਦੀ ਇੱਕ ਟਰਾਲੀ ਵੀ ਇਹਨਾਂ ਨੇ ਉਸ ਦਿਨ ਕਹੀ ਸੀ ਉਹ ਵੀ ਦਵਿੰਦਰ ਸਚਦੇਵਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਸੀ ਜਦੋਂ ਮਰਜ਼ੀ ਆ ਕੇ ਤੁਸੀਂ ਸਾਡੇ ਤੋਂ ਇੱਕ ਟਰਾਲੀ ਜਿਹੜੀ ਹਰੇ ਚਾਰੇ ਦੀ ਵੀ ਜਦੋਂ ਮਰਜ਼ੀ ਲਿਜਾ ਸਕਦੇ। ਤੁਹਾਡੇ ਪਿੰਡ ਵਿੱਚ ਆਫਤ ਆਈ ਹੈ ਇਸ ਲਈ ਕੌਣ ਕੌਣ ਅੱਗੇ ਆ ਰਿਹਾ ਇਸ ਸੇਵਾ? ਇੱਥੋਂ ਪਿੰਡ ਦੇ ਲੋਕ ਕਰ ਰਹੇ ਸੇਵਾ ਜੀ ਇੱਕ ਦਵਿੰਦਰ ਸਿੰਘ ਵਾਇਆ ਉਹਨਾਂ ਦੇ ਨੁਮਾਇੰਦੇ। ਹਾਂਜੀ। ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ? ਲੰਗਰ ਦੀ ਸੇਵਾ ਕੀਤੀ ਜਾ ਰਹੀ ਤੇ ਥੋੜੀ ਦੀ ਸੇਵਾ ਵੀ ਹੋਈ ਹੈ। ਰਜਿੰਦਰ ਸਿੰਘ ਸੁਖਦੇਵਾ ABN न्यूज चैनल देखने वाले सभी दर्शकों से हम अपील करते हैं कि ABN न्यूज चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।